ਕੱਲ ਦੋਸਤੋ ਜਿਵੇਂ ਕਿ ਅਸੀਂ ਹਰੇਕ ਹਫਤੇ ਇੱਕ ਨਵਾਂ ਇਨਵੈਸਟਰ ਪ੍ਰੋਗਰਾਮ ਜਾਂ ਐਂਟਰਪ੍ਰੀਨਿਓਰ ਪ੍ਰੋਗਰਾਮ ਤੁਹਾਡੇ ਨਾਲ ਸ਼ੇਅਰ ਕਰੀਦਾ ਅੱਜ ਦਾ ਖਾਸ ਕਰਕੇ ਜਿਹੜਾ ਪ੍ਰੋਗਰਾਮ ਆ ਉਹ ਸਾਡੇ ਫਾਰਮਰਸ ਭਰਾਵਾਂ ਲਈ ਆ ਸਾਡੇ ਫਾਰਮਰਸ ਜਿਹੜੇ ਇੱਕ ਨਾ ਐਜੀਟੇਸ਼ਨਸ ਕਰਦੇ ਪਏ ਆ ਪੰਜਾਬ ਦੇ ਵਿੱਚ ਉਹਨਾਂ ਵਾਸਤੇ ਆ ਕਿ ਕੈਨੇਡਾ ਦੀ ਸਰਕਾਰ ਉਹਨਾਂ ਨੂੰ ਰਿਸਪੈਕਟ ਦਿੰਦੀ ਆ ਕੈਨੇਡਾ ਦੀ ਸਰਕਾਰ ਉਹਨਾਂ ਨੂੰ ਮੌਕਾ ਦਿੰਦੀ ਆ ਕਿ ਉਹ ਕੈਨੇਡਾ 'ਚ ਆ ਕੇ ਪਰਮਨੈਂਟ ਰੈਜ਼ੀਡੈਂਸੀ ਲੈ ਸਕਦੇ ਨੇ ਅਗਰ ਉਹ ਖੇਤੀ ਦੇ ਵਿੱਚ ਇਨਵੈਸਟ ਕਰਨ ਸਸਪੈਚੁਨ ਦਾ ਇਹ ਜਿਹੜਾ ਪ੍ਰੋਗਰਾਮ ਹੈਗਾ ਆ ਇਹਦੀ ਪੂਰੀ ਡਿਟੇਲਸ ਅੱਜ ਸਾਨੂੰ ਅਸੀਂ ਤੁਹਾਨੂੰ ਦੇਵਾਂਗੇ ਇਸ ਪ੍ਰੋਗਰਾਮ ਦਾ ਪਹਿਲੀ ਗੱਲ ਨਾਮ ਹੈਗਾ ਆ ਫਾਰਮ ਓਨਰ ਜਾਂ ਆਪਰੇਟਰ ਕੈਟਾਗਰੀ ਸੋ ਇਸ ਦੇ ਵਿੱਚ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਮਿਲ ਸਕਦੀ ਆ ਪੂਰੇ ਪਰਿਵਾਰ ਨੂੰ ਹੋਰ ਸਭ ਤੋਂ ਚੰਗੀ ਗੱਲ ਇਸ ਪ੍ਰੋਗਰਾਮ ਦੇ ਵਿੱਚ ਆਇਆ ਕਿ ਇਸ ਦੇ ਵਿੱਚ ਆਈਲੈਟਸ ਮੈਂਡੇਟਰੀ ਨਹੀਂ ਆ ਇਹ ਜ਼ਰੂਰੀ ਨਹੀਂ ਆ ਕਿ ਤੁਸੀਂ ਆਈਲੈਟਸ ਦਿਵੋ ਵਿਦਆਊਟ ਆਈਲੈਟਸ ਤੁਹਾਨੂੰ ਪਰਮਨੈਂਟ ਰੈਜ਼ੀਡੈਂਸੀ ਮਿਲ ਸਕਦੀ ਹੈਗੀ ਆ ਇਸ ਪ੍ਰੋਗਰਾਮ ਦੀਆਂ ਖਾਸ ਗੱਲਾਂ ਪਹਿਲੀ ਗੱਲ ਕਿ ਇਸ ਦੇ ਵਿੱਚ ਜਿਹੜੀ ਨੈੱਟਵਰਥ ਆ ਉਹ $5 ਲੱਖ ਦੀ ਚਾਹੀਦੀ ਆ ਸੋ ਤੁਹਾਡੇ ਕੋਲ ਪੰਜਾਬ ਦੇ ਵਿੱਚ ਹਰਿਆਣੇ ਵਿੱਚ ਜਾਂ ਜਿੱਥੇ ਵੀ ਤੁਸੀਂ ਮੇਰੀ ਆਵਾਜ਼ ਸੁਣ ਪਾ ਰਹੇ ਹੋ ਉਸ ਜਗ੍ਹਾ ਦੇ ਵਿੱਚ ਜ਼ਮੀਨ ਜਾਇਦਾਦ ਘਰ ਬਾਰ ਜਿੰਨੀ ਤੁਹਾਡੀ ਟੋਟਲ ਨੈੱਟਵਰਥ ਆ ਉਹਦੀ ਕੀਮਤ $5 ਲੱਖ ਹੋਣੀ ਚਾਹੀਦੀ ਆ ਸੋ ਅਗਰ ਤੁਹਾਡੇ ਕੋਲ ਨੈੱਟਵਰਥ $5 ਲੱਖ ਦੀ ਹੈਗੀ ਆ ਤਾਂ ਤੁਸੀਂ ਇੱਕ ਕੰਡੀਸ਼ਨ ਫੁੱਲਫਿਲ ਕਰ ਰਹੇ ਹੋ ਦੂਸਰੀ ਕੰਡੀਸ਼ਨ ਹੈਗੀ ਆ ਕਿ ਤੁਸੀਂ ਕੈਨੇਡਾ ਦੇ ਵਿੱਚ ਸਸਕੈਚੁਅਨ ਸਟੇਟ ਦੇ ਅੰਦਰ ਪ੍ਰੋਵਿੰਸ ਦੇ ਅੰਦਰ ਤੁਸੀਂ $1.5 ਲੱਖ ਇਨਵੈਸਟ ਕਰਨ ਨੂੰ ਤਿਆਰ ਚਾਹੀਦੇ ਹੋ ਸੋ $5 ਲੱਖ ਦੀ ਤੁਹਾਡੇ ਕੋਲ ਜ਼ਿਆਦਾ ਜ਼ਮੀਨ ਜ਼ਿਆਦਾ ਚਾਹੀਦੀ ਹੈਗੀ ਆ $1.5 ਲੱਖ ਤੁਸੀਂ ਕੈਨੇਡਾ ਦੇ ਵਿੱਚ ਖੇਤੀ ਦੇ ਅੰਦਰ ਇਨਵੈਸਟ ਕਰਨ ਨੂੰ ਤਿਆਰ ਹੋਣੇ ਚਾਹੀਦੇ ਹੋ ਅਗਰ ਇਹ ਦੋ ਕੰਡੀਸ਼ਨਸ ਤੁਸੀਂ ਫੁੱਲਫਿਲ ਕਰਦੇ ਹੋ ਤਾਂ ਤੁਸੀਂ ਸਸਕੈਚੁਅਨ ਦੀ ਜਿਹੜੀ PNP ਪ੍ਰੋਗਰਾਮ ਆ ਇਨਵੈਸਟਰ ਕੈਟਾਗਰੀ ਦੇ ਵਿੱਚ ਜਿਹੜਾ ਖਾਸ ਤੌਰ 'ਤੇ ਫਾਰਮਿੰਗ ਵਾਸਤੇ ਆ ਉਹਨਾਂ ਦੇ ਵਿੱਚ ਕੁਆਲੀਫਾਈ ਕਰ ਸਕਦੇ ਹੋ ਇਸ ਦੇ ਵਿੱਚ ਤੁਹਾਨੂੰ ਐਕਸਪਲੋਰੇਟਰੀ ਵਿਜ਼ਿਟ ਹੁੰਦੀ ਆ ਜਿਹਦੀ ਮਦਦ ਅਸੀਂ ਤੁਹਾਡੀ ਕਰਾਂਗੇ ਜਿਸ ਦੇ ਵਿੱਚ ਤੁਸੀਂ ਕੈਨੇਡਾ ਆਉਂਗੇ 10 ਦਿਨ ਵਾਸਤੇ ਤੁਸੀਂ ਸਸਕੈਚੁਅਨ 'ਚ ਰਹੋਗੇ ਦੇਖੋਗੇ ਕਿ ਕਿਸ ਤਰੀਕੇ ਨਾਲ ਖੇਤੀ ਹੁੰਦੀ ਆ ਕੀ ਕੀ ਪ੍ਰੋਗਰਾਮਸ ਨੇ ਕਿ ਤੁਸੀਂ ਕਿਸ ਜਗ੍ਹਾ 'ਚ ਇਨਵੈਸਟ ਕਰਨਾ ਚਾਹੁੰਦੇ ਹੋ ਅਤੇ ਪੂਰੀ ਇੱਕ ਬਿਜ਼ਨਸ ਪ੍ਰਪੋਜ਼ਲ ਬਣਦੀ ਆ ਸੋ ਉਹਦੇ ਵਾਸਤੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਬਟ ਜਿਹੜੀ ਮੇਜਰ ਗੱਲ ਹੈਗੀ ਆ ਜਿਹਨੂੰ ਮੈਂ ਹਾਈਲਾਈਟ ਕਰਨਾ ਚਾਹ ਰਿਹਾ ਹਾਂ ਕਿ ਇੱਕ ਆਈਲੈਟਸ ਮੈਂਡੀਟਰੀ ਨਹੀਂ ਆ ਪਰ ਅਗਰ ਆਈਲੈਟਸ ਕੀਤਾ ਹੋਵੇ ਉਹਦਾ ਫਾਇਦਾ ਹੋ ਸਕਦਾ ਆ ਪਰ ਆਈਲੈਟਸ ਇੱਕ ਕੰਪਲਸਰੀ ਡਾਕੂਮੈਂਟ ਨਹੀਂ ਹੈਗਾ ਆ ਦੂਸਰਾ ਜੋ ਕੰਪਲਸ਼ਨ ਆ ਉਹ ਹੈਗਾ ਕਿ $5 ਲੱਖ ਦੀ ਨੈੱਟਵਰਥ ਅਤੇ $1.5 ਲੱਖ ਇਨਵੈਸਟ ਕਰਨ ਨੂੰ ਤਿਆਰ ਹੋਣੇ ਚਾਹੀਦੇ ਹੋ ਤੀਸਰਾ ਇਸ 'ਤੇ ਇੱਕ ਬੋਂਡ ਭਰਨਾ ਪੈਂਦਾ ਆ $75,000 ਦਾ ਜਿਹਨੂੰ ਪ੍ਰੋਮਿਸਰੀ ਬੋਂਡ ਕਿਹਾ ਜਾ ਸਕਦਾ ਆ ਜਿਸ ਦੇ ਵਿੱਚ ਤੁਸੀਂ $75,000 ਸਰਕਾਰ ਨੂੰ ਦਿਓਗੇ ਅਤੇ ਉਹਨਾਂ ਨੂੰ ਇਹ ਵਾਅਦਾ ਕਰੂੰਗੇ ਕਿ ਪਰਮਨੈਂਟ ਰੈਜ਼ੀਡੈਂਸੀ ਤੋਂ ਬਾਅਦ 'ਚੋਂ ਅਸੀਂ ਇੱਥੇ ਇਨਵੈਸਟਮੈਂਟ ਕਰਾਂਗੇ ਅਗਰ ਤੁਸੀਂ ਉਹ ਜੋ ਜੋ ਵਾਅਦੇ ਕੀਤੇ ਆਪਣੀ ਪ੍ਰਪੋਜ਼ਲਸ ਵਿੱਚ ਅਗਰ ਉਹ ਪੂਰੇ ਕਰ ਦਿੰਦੇ ਹੋ ਤਾਂ ਤੁਹਾਨੂੰ 2 ਸਾਲ ਬਾਅਦ $75,000 ਵਾਪਸ ਮਿਲ ਜਾਏਗਾ ਅਗਰ ਤੁਸੀਂ ਉਹ ਵਾਅਦੇ ਨਹੀਂ ਪੂਰੇ ਕਰ ਸਕੇ ਤਾਂ $75,000 ਸਰਕਾਰ ਤੁਹਾਡਾ ਲੈ ਲਏਗੀ ਉਸ ਦੇ ਵਿੱਚ ਕੋਈ ਤੁਹਾਨੂੰ 1 ਵੀ ਸੈਂਟ ਵਾਪਸ ਨਹੀਂ ਕੀਤਾ ਜਾਏਗਾ ਸੋ ਅਗਰ ਇਹਨੂੰ ਸਮਰਾਈਜ਼ ਕਰਾਂ ਅਗਰ ਇਹਨੂੰ ਈਜ਼ੀਲੀ ਦੱਸਾਂ ਕਿ ਮੇਜਰ ਰਿਕੁਆਇਰਮੈਂਟਸ ਨੋ ਆਈਲੈਟਸ ਕੋਈ ਆਈਲੈਟਸ ਨਹੀਂ ਕੋਈ ਅੰਗਰੇਜ਼ੀ ਦਾ ਟੈਸਟ ਨਹੀਂ ਦੇਣਾ ਪੈਣਾ ਹੈਗਾ ਇਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਅੰਗਰੇਜ਼ੀ ਦਾ ਟੈਸਟ ਦਿਵੋ ਅਗਰ ਅੰਗਰੇਜ਼ੀ ਦਾ ਟੈਸਟ ਦਿਵੋ ਤੁਹਾਡਾ ਕੋਈ ਨੁਕਸਾਨ ਨਹੀਂ ਫਾਇਦਾ ਹੋ ਸਕਦਾ ਪਰ ਕੰਪਲਸ਼ਨ ਨਹੀਂ ਹੈਗੀ ਕਿ ਤੁਹਾਨੂੰ ਅੰਗਰੇਜ਼ੀ ਦੇ ਟੈਸਟ ਦੀ ਦੇਣ ਦੀ ਲੋੜ ਆ ਸੋ ਆਈਲੈਟਸ ਊਲੈਟਸ ਤੋਂ ਭੱਜ ਸਕਦੇ ਹੋ ਦੇਣ ਦੀ ਲੋੜ ਨਹੀਂ ਦੂਸਰੀ ਗੱਲ $5 ਲੱਖ ਦੀ ਨੈੱਟਵਰਥ ਲਿਆਓ ਸਸਕੈਚੁਅਨ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਲੈ ਸਕਦੇ ਹੋ $1.5 ਲੱਖ ਇਨਵੈਸਟ ਕਰਨ ਨੂੰ ਤਿਆਰ ਹੋਣੇ ਚਾਹੀਦੇ ਹੋ ਸੋ ਇਹ 3 ਮੇਜਰ ਰਿਕੁਆਇਰਮੈਂਟਸ ਨੇ ਇਸ ਦੇ ਵਿੱਚ 55 ਪੁਆਇੰਟਸ ਪੂਰੇ ਕਰਨੇ ਪੈਂਦੇ ਨੇ ਉਹ 55 ਪੁਆਇੰਟਸ ਕਿਸ ਤਰੀਕੇ ਨਾਲ ਪੂਰੇ ਹੋ ਸਕਦੇ ਨੇ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਸਾਡੇ ਨਾਲ ਆਪਣੀ ਕੰਸਲਟੇਸ਼ਨ ਬੁੱਕ ਕਰੋ ਸੋ ਅਸੀਂ ਤੁਹਾਨੂੰ ਪੂਰਾ ਪ੍ਰੋਗਰਾਮ ਕਿਸ ਤਰੀਕੇ ਦੇ ਨਾਲ ਆ ਸਾਰੇ ਸਟੈਪਸ ਹੋਣੇ ਨੇ ਉਹ ਦੱਸ ਸਕੀਏ ਸੋ ਸਸਕੈਚੁਅਨ ਦਾ ਫਾਰਮਿੰਗ ਪ੍ਰੋਗਰਾਮ ਬਹੁਤ ਹੀ ਇੰਟਰਸਟਿੰਗ ਪ੍ਰੋਗਰਾਮ ਹੈਗਾ ਆ ਇਸ ਦੇ ਵਿੱਚ ਇੱਕ ਚੀਜ਼ ਹੋਰ ਵੀ ਆ ਸੋ ਇੱਕ ਫਾਰਮ ਵਰਕਰ ਹੈਗੇ ਆ ਜਿਹੜੇ 40 ਸਾਲ ਦੀ ਉਮਰ ਤੋਂ ਉੱਪਰ ਵਾਲੇ ਆ ਸਸਕੈਚੁਅਨ ਦੇ ਵਿੱਚ ਹੋਰ ਇੰਟਰਸਟਿੰਗ ਚੀਜ਼ ਹੈ ਕਿ ਫਾਰਮਿੰਗ ਨੂੰ ਯੰਗਸਟਰਸ 'ਚ ਪ੍ਰਮੋਟ ਕਰਨ ਵਾਸਤੇ 40 ਸਾਲ ਤੋਂ ਘੱਟ ਉਮਰ ਦੇ ਜਿਹੜੇ ਫਾਰਮਰਸ ਨੇ ਉਹਨਾਂ ਲਈ ਇੱਕ ਅਲੱਗ ਪ੍ਰੋਗਰਾਮ ਆ ਜਿਹਨੂੰ ਕਹਿੰਦੇ ਆ ਯੰਗ ਫਾਰਮਰ ਸਟ੍ਰੀਮ ਜਿਸ ਦੇ ਵਿੱਚ ਸਿਰਫ $3 ਲੱਖ ਦੀ ਤੁਹਾਨੂੰ ਨੈੱਟਵਰਥ ਚਾਹੀਦੀ ਆ ਜਿਹੜਾ ਅਸੀਂ ਪਹਿਲਾ ਪ੍ਰੋਗਰਾਮ ਡਿਸਕਸ ਕਰ ਰਹੇ ਸੀਗੇ 40 ਸਾਲ ਤੋਂ ਉੱਪਰ ਵਾਲਿਆਂ ਲਈ ਉਸ 'ਚ $5 ਲੱਖ ਦੀ ਨੈੱਟਵਰਥ ਚਾਹੀਦੀ ਸੀਗੀ ਜਿਹੜਾ 40 ਸਾਲ ਤੋਂ ਘੱਟ ਵਾਲੇ ਉਮਰ ਦੇ ਬੰਦੇ ਉਹਨਾਂ ਲਈ $3 ਲੱਖ ਦੀ ਨੈੱਟਵਰਕ ਚਾਹੀਦੀ ਆ ਬਾਕੀ ਜਿਹੜਾ ਪੁਆਇੰਟ ਸਟਰਕਚਰ ਹੈਗਾ ਆ ਜਿਹੜੀ ਇਨਵੈਸਟਮੈਂਟ ਆ ਬਾਕੀ ਸਾਰਾ ਸੇਮ ਆ ਬਿਫੋਰ ਵੀ ਫਿਨਿਸ਼ ਮੈਂ ਤੁਹਾਨੂੰ ਥੋੜ੍ਹਾ ਜਿਹਾ ਵੇਰਵਾ ਦੇ ਦੂੰਗਾ ਕਿ ਇਸ ਦੇ ਵਿੱਚ ਪੁਆਇੰਟ ਸਟਰਕਚਰ ਕਿਸ ਤਰੀਕੇ ਨਾਲ ਕੈਲਕੂਲੇਟ ਹੁੰਦਾ ਆ ਪੁਆਇੰਟਸ ਕਿਹੜੇ ਕਿਹੜੇ ਨੇ ਜਿਹੜੇ ਇਸ 'ਚ ਚਾਹੀਦੇ ਆਪਾਂ ਪੁਆਇੰਟ ਸਟਰਕਚਰਸ ਦੇ ਉੱਤੇ
ਸੋ ਜਦੋਂ ਤੁਸੀਂ ਵਿਜ਼ਿਟ ਕਰਦੇ ਹੋ ਤੁਹਾਨੂੰ ਕੈਨੇਡਾ ਦੀ ਸਰਕਾਰ ਕਹੂਗੀ ਕਿ ਤੁਸੀਂ ਕੈਨੇਡਾ ਆਓ ਸਸਕੈਚੁਅਨ ਆਓ ਸਸਕੈਚੁਅਨ ਆ ਕੇ ਵਿਜ਼ਿਟ ਕਰੋ ਉਸ ਵਿਜ਼ਿਟ ਦੇ ਮੈਕਸਿਮਮ 15 ਪੁਆਇੰਟ ਮਿਲ ਸਕਦੇ ਆ ਬਿਜ਼ਨਸ ਕੰਟੈਕਟ ਜਦੋਂ ਤੁਸੀਂ ਵਿਜ਼ਿਟ ਕਰਦੇ ਹੋ ਤੁਸੀਂ ਇੱਥੇ ਆ ਕੇ ਜਿਹੜੇ ਲੋਕਾਂ ਨੂੰ ਮਿਲਦੇ ਹੋ ਜਿਹੜੇ ਕੰਟੈਕਟਸ ਹੁੰਦੇ ਆ ਉਹਨਾਂ ਦਾ ਕੀ ਤੁਹਾਡੇ ਉਹਨਾਂ ਨਾਲ ਕੀ ਗੱਲਬਾਤ ਹੋਈ ਆ ਉਹ ਕੰਟੈਕਟ ਦਾ ਕੀ ਫਾਇਦਾ ਹੋ ਸਕਦਾ ਉਹਦੇ ਮੈਕਸਿਮਮ 20 ਪੁਆਇੰਟਸ ਮਿਲ ਸਕਦੇ ਨੇ बिजनेस डिवेलपमेंट प्लान जो है सो बिजनेस प्रपोजल दे विच तुहाडा प्लान जिस हिसाब का हो उस हिसाब नाल तुहानू मैक्सिमम 20 पॉइंट्स मिल सकते हैं अगर तुसी अपना इत्थे घर खरीद लो सो यह इनवैसटमेंट च नहीं काउंट होगा सो होम ओनरशिप इनवैसटमेंट च नहीं काउंट होगी पर अगर तुसी घर खरीदते हो तो तुहानू 10 पॉइंट उहदे एक्सट्रा मिल सकते हैं अंग्रेजी कोई कंपलशन नहीं हैगी अगर पर अंग्रेजी दे आइलेट्स दिता होवे ते मैक्सिमम 15 पॉइंट मिल सकते हैं अगर तुहाडा कोई परिवारक मैंबर इत्थे तक कि कोई यार दोस्त सज्जन मित्र सस्कैचुअन च रहिंदा होवे तां तुहानू मैक्सिमम 10 पॉइंट्स मिल सकदे ने ते अगर तुसी जिहड़ी कमिटमेंट कर रहे हो उहनू फुलफिल करन लई कुछ एविडेंसेस दे सकदे हो तां उहदे तुहानू मैक्सिमम 10 पॉइंट्स मिल सकदे ने सो टोटल 100 पॉइंट्स दे विचों दी 55 पॉइंट्स चाहीदे हुंदे ने जिहड़े बंदेयां कोले 55 पॉइंट्स पूरे होणगे उहनां नू सस्कैचुअन दे विच परमानेंट रेजिडेंसी मिलेगी इस दे विच जिहड़ी परमानेंट रेजिडेंसी है इह पूरे परिवार नू मिलदी आ परिवार का मतलब हसबैंड वाइफ के बच्चे बच्चे जिन्हों की उम्र 21 साल तो छोटी आ जा जिहड़े अजे भी पढ़ते पे ने तुहाडे ते डिपेंडेंट ने सो दिस इज़ रियली गुड प्रोग्राम फार्मर्स वास्ते बहुत वधिया प्रोग्राम आ फार्मर्स मैनू बहुत ज़्यादा कॉल्स करते होंगे तो वह पुछते होंगे कि कोई ऐसा प्रोग्राम जिस आइलेट्स ना करना पवे सो यह एक ऐसा प्रोग्राम है जिस तुहानू आइलेट्स नहीं करना पेगा सो सस्कैचुअन दे विच अगर तुसी इनवैसट करन नू तैयार हो सस्कैचुअन दा इनवैसटर प्रोग्राम फार्मर्स वास्ते खास तौर पर इनवैसटमेंट प्रोग्राम जिस दे विच 5 लाख डॉलर की नैटवर्थ अगर तुसी 40 साल तो उपर हो 3 लाख डॉलर की नैटवर्थ अगर तुसी 40 साल तो नीचे हो 1.5 लाख डॉलर इनवैसट करो तो कैनेडा दे विच सस्कैचुअन स्टेट के अंदर परमानेंट रेजिडेंसी पाओ